ਦੀ ਨਰਕ ਬੱਚਿਆਂ ਨੂੰ ਨਾਮ ਤਕਸੀਮ ਕਰਨਗੇ ਉਹਨਾਂ ਬੱਚਿਆਂ ਦੇ ਨਾਮ ਮੈਡਮ ਨਰਿੰਦਰ ਕੌਰ ਜੀ ਬੋਲਣਗੇ ਉਹਨਾਂ ਬੱਚਿਆਂ ਦੇ ਨਾਮ ਉਹ ਬੱਚਿਆਂ ਨੂੰ ਬੇਨਤੀ ਹੈ ਕਿ ਲਾਈਨ ਵਾਈਜ ਇਕੱਲੇ ਇਕੱਲੇ ਬੱਚੇ ਨੇ ਆਪੋ ਆਪਣਾ ਜੋ ਇਨਾਮ ਹੈ ਉਹ ਲੈ ਕੇ ਤੇ ਬੜੇ ਵਧੀਆ ਤਰੀਕੇ ਦੇ ਨਾਲ ਸਟੇਜ ਤੋਂ ਜਾਣਾ ਹੈ ਸਾਨੂੰ ਸਰਦਾਰ ਸਤਨਾਮ ਸਿੰਘ ਨਰਸੀ ਗਿਆਸ ਦਿਲਸ਼ਾਨਪ੍ਰੀਤ ਸਿੰਘ ਸਾਨੂੰ ਸਰਦਾਰ ਜਰਮਨਜੀਤ ਸਿੰਘ 97.80% ਮਾਰਕ ਖੁਸ਼ਮਨਪ੍ਰੀਤ ਕੌਰ ਡਾਕਟਰ ਆਫ ਸਰਦਾਰ ਸਰਵਨ ਸਿੰਘ 99.33% ਮਾਰਕਸ ਸੈਕਿੰਡ ਹੈ ਨਵਪ੍ਰੀਤ ਸਿੰਘ ਸਾਨੂੰ ਸਰਦਾਰ ਸੁਰਜੀਤ ਸਿੰਘ 97.9% ਮਾਰਕਸ ਥਰਡ ਹੈ ਜਗਮੀਤ ਕੌਰ ਡਾਕਟਰ ਆਫ ਸਰਦਾਰ ਰਾਜਵੀਰ ਸਿੰਘ 97.71% ਮਾਰਕਸ ਅੱਗੇ ਹੈ UKG ਕਲਾਸ ਗੁਰਸੀਰਤ ਕੌਰ ਡਾਕਟਰ ਆਫ ਸਰਦਾਰ ਗੁਰਦਿਆਲ ਸਿੰਘ 99.55% ਮਾਰਕਸ ਫਸਟ ਸਾਡੇ ਦੋ ਬੱਚੇ ਹਨ ਕਰਮਜੀਤ ਸਿੰਘ ਮਾਰਕਸ ਥਰਡ ਹੈ ਜੀ ਗਗਨਦੀਪ ਕੌਰ ਡਾਕਟਰ ਸਰਦਾਰ ਗੁਰਜੀਤ ਸਿੰਘ 99.4% ਮਾਰਕਸ ਨੈਕਸਟ ਹੈ ਫਸਟ ਕਲਾਸ ਪ੍ਰਵੀਨ ਕੌਰ ਫਸਟ ਡਾਕਟਰ ਆਫ ਸਰਦਾਰ ਜਗਜੀਤ ਸਿੰਘ 99.6% ਮਾਰਕਸ ਸੈਕਿੰਡ ਹੈ ਬੱਚਾ ਰਿਪਨਦੀਪ ਸਿੰਘ ਸਨ ਆਫ ਸਰਦਾਰ ਕਵਲਜੀਤ ਸਿੰਘ 98.1% ਮਾਰਕਸ ਥਰਡ ਹਰਨੂਰ ਕੌਰ ਡਾਕਟਰ ਆਫ ਸਰਦਾਰ ਤਾਰਾ ਸਿੰਘ 97.7% ਮਾਰਕਸ ਨੈਕਸਟ ਹੈ ਜੀ ਸੈਕਿੰਡ ਕਲਾਸ ਫਸਟ ਜੈਸਮੀਨ ਕੌਰ ਡਾਕਟਰ ਆਫ ਸਰਦਾਰ ਸੁਰਜੀਤ ਸਿੰਘ 97.8% ਮਾਰਕਸ ਸੈਕਿੰਡ ਅਜੀਤਪਾਲ ਸਿੰਘ ਸਨ ਆਫ ਸਰਦਾਰ ਰਣਜੀਤ ਸਿੰਘ 97.3% ਮਾਰਕਸ ਥਰਡ ਹੈ ਅਰਮਾਨਦੀਪ ਸਿੰਘ ਸਨ ਆਫ ਸਰਦਾਰ ਗੁਰਜਿੰਦਰ ਸਿੰਘ 96.8% ਮਾਰਕਸ ਥਰਡ ਕਲਾਸ ਹੈ ਨਿਮਰਦੀਪ ਸਿੰਘ ਸਨ ਆਫ ਸਰਦਾਰ ਰਮਨਦੀਪ ਸਿੰਘ 97.6% ਮਾਰਕਸ ਸੈਕਿੰਡ ਨਵਰੂਪਦੀਪ ਸਿੰਘ ਸਨ ਆਫ ਸਰਦਾਰ ਰਣਜੀਤ ਸਿੰਘ 96.9% ਮਾਰਕਸ ਜਸਲੀਨ ਕੌਰ ਥਰਡ ਹੈ ਡਾਕਟਰ ਆਫ ਸਰਦਾਰ ਦਲੇਰ ਸਿੰਘ 96.1% ਮਾਰਕਸ ਫੋਰਥ ਕਲਾਸ ਵੰਸ਼ਪ੍ਰੀਤ ਸਿੰਘ ਫਸਟ ਹੈ ਸਨ ਆਫ ਸਰਦਾਰ ਜਗਜੀਤ ਸਿੰਘ 98.2% ਮਾਰਕਸ ਸੈਕਿੰਡ ਅਮਿਤੋਸ਼ਵੀਰ ਕੌਰ ਡਾਕਟਰ ਆਫ ਸਰਦਾਰ ਬਲਜੀਤ ਸਿੰਘ 96.9% ਮਾਰਕਸ ਥਰਡ ਸਮਰੀਨ ਕੌਰ ਡਾਕਟਰ ਆਫ ਸਰਦਾਰ ਸਰਪਿੰਦਰ ਸਿੰਘ 96.5% ਮਾਰਕਸ ਅੱਗੇ ਫਿਫਥ ਕਲਾਸ ਹੈ ਫਸਟ ਕਮਲਜੀਤ ਕੌਰ ਡਾਕਟਰ ਆਫ ਸਰਦਾਰ ਕੁਲਵੰਤ ਸਿੰਘ 98.3% ਮਾਰਕਸ ਸੈਕਿੰਡ ਸਹਿਜਪ੍ਰੀਤ ਕੌਰ ਅਮੋਲਕ ਸਿੰਘ 97.3% ਮਾਰਕਸ ਫਿਫਥ ਕਲਾਸ ਦਾ ਅਗਲਾ ਬੱਚਾ ਹੈ ਥਰਡ ਮਨਪ੍ਰੀਤ ਕੌਰ ਡਾਕਟਰ ਆਫ ਸਰਦਾਰ ਹਰਵਿੰਦਰ ਸਿੰਘ 97% ਮਾਰਕਸ ਇਹ ਸਨ ਸਾਡੇ ਪ੍ਰਾਇਮਰੀ ਵਿੰਗ ਦੇ ਬੱਚੇ ਜਿਨ੍ਹਾਂ ਨੇ ਪ੍ਰਾਈਜ਼ ਵਿਨ ਕੀਤਾ ਹੈ ਹੁਣ ਮੈਂ ਸਟੇਜ ਦੇ ਉੱਪਰ ਆਪ ਸਭ ਜੀ ਦੇ ਆਉਣ ਦਾ ਪ੍ਰਾਈਜ਼ ਡਿਸਟ੍ਰੀਬਿਊਸ਼ ਕਰਨ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ
ਹੁਣ ਇਸ ਤੋਂ ਅੱਗੇ ਸਾਡਾ ਅਗਲਾ ਪ੍ਰੋਗਰਾਮ ਜਿਹੜਾ ਹੈ ਉਹ ਸਰਦਾਰ ਸੁਰਿੰਦਰ ਸਿੰਘ ਜੀ ਆਪ ਜੀ ਨੂੰ ਦੱਸਣਗੇ ਭਾਈਆ ਭਾਈਆ ਲੋਹ ਵੱਧ ਜਾਂਦਾ ਕਿਉਂਕਿ ਇਹ ਬੱਚਿਆਂ ਦੀ ਮਿਹਨਤ ਆ ਜਿਹੜੀ ਇਹ ਤੁਹਾਡੀ ਮਿਹਨਤ ਦਾ ਹੀ ਸਦਕਾ ਹੈ ਕਿ ਬੱਚੇ ਜਿਹੜੇ ਵਧੀਆ ਪੋਜੀਸ਼ਨ ਦੇ ਵਿੱਚ ਆਉਂਦੇ ਹਨ ਸੋ ਮੈਂ ਇੱਕ ਬਹੁਤ ਜ਼ਰੂਰੀ ਬੇਨਤੀ ਕਰ ਦੇਵਾਂ ਕਿ ਅਜੇ ਸਾਡੇ ਸੀਨੀਅਰ ਵਿੰਗ ਦੇ ਜੋ ਇਨਾਮ ਵੰਡ ਸਮਾਰੋਹ ਹੈ ਉਹ ਅਜੇ ਚੱਲਣਾ ਹੈ ਤੇ ਪ੍ਰਾਇਮਰੀ ਵਿੰਗ ਦਾ ਹੋ ਚੁੱਕਾ ਹੈ ਪਰ ਬੇਨਤੀ ਇਹ ਹੈ ਕਿ ਜਿੰਨਾ ਚਿਰ ਸਾਰੇ ਪ੍ਰੋਗਰਾਮ ਦੀ ਸਮਾਪਤੀ ਨਹੀਂ ਹੁੰਦੀ ਉਹਨਾਂ ਟਾਈਮ ਕਿਸੇ ਨੇ ਵੀ ਇੱਥੋਂ ਜਾਣ ਦੀ ਕਿਰਪਾਲਤਾ ਨਹੀਂ ਕਰਨੀ ਇਹ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿਉਂਕਿ ਆਪਾਂ ਇੱਕ ਸਾਲ ਦੇ ਵਿੱਚ ਸਿਰਫ ਇੱਕ ਦਿਨ ਹੀ ਇੱਥੇ ਇਕੱਠੇ ਹੁੰਦੇ ਹਾਂ ਆਪਣੇ ਇਹਨਾਂ ਪਿਆਰੇ ਬੱਚਿਆਂ ਦੇ ਜੋ ਪ੍ਰੋਗਰਾਮ ਹੈ ਉਸ ਨੂੰ ਵੇਖਣ ਦੇ ਲਈ ਜੋ ਉਹਨਾਂ ਦੀ ਮਿਹਨਤ ਹੈ ਉਸ ਨੂੰ ਵੇਖਣ ਦੇ ਲਈ ਸੋ ਸਾਰਿਆਂ ਨੂੰ ਬੜੀ ਨਿਮਰਤਾ ਸਹਿਤ ਬੇਨਤੀ ਹੈ ਕਿ ਕਿਸੇ ਨੇ ਵੀ ਜਿੰਨਾ ਚਿਰ ਸਾਰਾ ਪ੍ਰੋਗਰਾਮ ਖਤਮ ਨਹੀਂ ਹੁੰਦਾ ਜਾਣ ਦੀ ਕਿਰਪਾਲਤਾ ਨਹੀਂ ਕਰਨੀ ਹੁਣ ਆਪ ਜੀ ਦੇ ਸਾਹਮਣੇ ਫਿਫਥ ਕਲਾਸ ਦਾ ਬੱਚਾ ਰਾਜਦੀਪ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੇਸਿਕ ਮੁੱਢਲੀ ਜਾਣਕਾਰੀ ਹੈ ਉਹ ਆਪ ਜੀ ਦੇ ਨਾਲ ਸਾਂਝੀ ਕਰੇਗਾ ਜਿਹੜੀ ਜਾਣਕਾਰੀ ਇਹ ਬੱਚਾ ਸਾਂਝੀ ਕਰੇਗਾ ਸਾਰੇ ਜਾਣਿਆਂ ਨੇ ਗੱਲ ਨੋਟ ਕਰਨੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਗੁਰੂ ਮੰਨਦੇ ਹਾਂ ਕਿ ਇਹ ਜਾਣਕਾਰੀ ਸਾਨੂੰ ਵੀ ਹੈ ਜੇ ਨਹੀਂ ਤੇ ਅਸੀਂ ਇਹ ਸਿੱਖਣ ਦਾ ਯਤਨ ਜ਼ਰੂਰ ਕਰਨਾ ਹੈ ਇਹਦੇ ਵਿੱਚ ਕੋਈ ਇਹ ਨਹੀਂ ਕਿ ਵੱਡੇ ਛੋਟੇ ਵਾਲੀ ਕੋਈ ਗੱਲ ਨਹੀਂ ਕਿਉਂਕਿ ਸਾਨੂੰ ਸਾਡੀਆਂ ਰਿਸ਼ਤੇਦਾਰੀਆਂ ਜਿਹੜੀਆਂ ਉਹਨਾਂ ਦੇ ਗਾਂਹ ਦੇ ਗਾਂਹ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬਜ਼ੁਰਗਾਂ ਤੱਕ ਸਾਰੇ ਹੀ ਨਾਂ ਯਾਦ ਹੁੰਦੇ ਆ ਕੋਈ ਪੁੱਛ ਲੈ ਨਾ ਕਿ ਮੰਮੀ ਦੀ ਮਾਸੀ ਦੀ ਜਾਂ ਭੂਆ ਦੀ ਕੁੜੀ ਦਾ ਕੀ ਨਾਂ ਸੀ ਉਹਨਾਂ ਦੇ ਪ੍ਰਾਹੁਣੇ ਦਾ ਕੀ ਨਾਂ ਸੀ ਆਪਾਂ ਦੱਸ ਦਿੰਦੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਮੁੱਚੀ ਮਨੁੱਖਤਾ ਦੇ ਗੁਰੂ ਹਨ ਸਿੱਖਾਂ ਦੇ ਗੁਰੂ ਹਨ ਤੇ ਜੇਕਰ ਕੋਈ ਇਹ ਪੁੱਛ ਲਵੇ ਕਈ ਵਾਰੀ ਆਮ ਹੀ ਹੋਈ ਹੈ ਗੱਲ ਕਿ ਗੁਰੂ ਗ੍ਰੰਥ ਸਾਹਿਬ ਚ ਕਿੰਨੇ ਗੁਰੂਆਂ ਦੀ ਬਾਣੀ ਹੈ ਤੇ ਕਹਿੰਦੇ ਦਸਾਂ ਗੁਰੂਆਂ ਦੀ ਬਾਣੀ ਹਾਂ ਦਸਾਂ ਗੁਰੂਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਹਨ ਪਰ ਬਾਣੀ 6 ਗੁਰੂ ਸਾਹਿਬਾਨਾਂ ਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੋ ਬੱਚਾ ਰਾਜਦੀਪ ਸਿੰਘ ਆਪ ਜੀ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਮੁੱਢਲੀ ਜਾਣਕਾਰੀ ਉਹ ਲੈ ਕੇ ਆ ਰਿਹਾ ਹੈ ਕਾਕਾ ਰਾਜਦੀਪ ਸਿੰਘ ਉਸ ਨੂੰ ਬੇਨਤੀ ਹੈ ਕਿ ਉਹ ਆਪ ਜੀ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਮੁੱਢਲੀ ਜਾਣਕਾਰੀ ਲੈ ਕੇ ਹਾਜ਼ਰ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਾਂ ਪਾਤਸ਼ਾਹੀਆਂ ਦੇ ਨਾਮ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਅੱਠਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਜਾਂ ਪਿਆਰਿਆਂ ਦੇ ਨਾਮ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਚਾਰ ਸਾਹਿਬਜ਼ਾਦਿਆਂ ਦੇ ਨਾਮ ਸਾਹਿਬਜ਼ਾਦਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਫਤਿਹ ਸਿੰਘ ਜੀ ਪੰਜਾਂ ਤਖਤਾਂ ਦੇ ਨਾਮ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤਖ਼ਤ ਸ੍ਰੀ ਪਟਨਾ ਸਾਹਿਬ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੀਆਂ ਬਾਣੀਆਂ ਦੇ ਰਚਣਹਾਰਾ ਦੇ ਨਾਮ ਸਤਿਕਾਰਯੋਗ ਸ਼ੇਖ ਗੁਰੂ ਸਾਹਿਬਾਨ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਕਾਰਯੋਗ ਪੰਦਰਾਂ ਭਗਤ ਸਾਹਿਬਾਨ ਜੀ ਭਗਤ ਸੇਵਪ੍ਰੀਤ ਜੀ ਭਗਤ ਜੈਦੇਵ ਜੀ ਭਗਤ ਲੋਚਨ ਜੀ ਭਗਤ ਰਾਮਦੇਵ ਜੀ ਭਗਤ ਸਤਨਾ ਜੀ ਭਗਤ ਬੈਣੀ ਜੀ ਭਗਤ ਰਾਮਾਨੰਦ ਜੀ ਭਗਤ ਕਬੀਰ ਜੀ ਭਗਤ ਰਵਿਦਾਸ ਜੀ ਭਗਤ ਪੀਪਾ ਜੀ ਭਗਤ ਚਰਨ ਜੀ ਭਗਤ ਧੰਨਾ ਜੀ ਭਗਤ ਭੀਖਣ ਜੀ ਭਗਤ ਪਰਮਾਨੰਦ ਜੀ ਭਗਤ ਸੂਰਦਾਸ ਜੀ ਸਤਿਕਾਰਯੋਗ ਤਿੰਨ ਗੁਰਸਿੱਖ ਸਾਹਿਬਾਨ ਜੀ ਭਾਈ ਸੁੰਦਰ ਜੀ ਭਾਈ ਬਲਵੰਡ ਜੀ ਭਾਈ ਸਿੱਧਾ ਜੀ ਸਤਿਕਾਰਯੋਗ ਗਿਆਰਾਂ ਭੱਟ ਸਾਹਿਬਾਨ ਜੀ ਭੱਟ ਗਲ ਜੀ ਭੱਟ ਕੀਰਤ ਜੀ ਭੱਟ ਨਾਲ ਜੀ ਭੱਟ ਮਥਰਾ ਜੀ ਭੱਟ ਸਲ ਜੀ ਭੱਟ ਹਰਮਸ ਜੀ ਭੱਟ ਜਲ ਜੀ ਭੱਟ ਭੀਖਾ ਜੀ ਭੱਟ ਗਿੰਦ ਜੀ ਭੱਟ ਬਲ ਜੀ ਭੱਟ ਪਲ ਜੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਲਿਖੇ ਹੋਏ ਇਕੱਤੀ ਰਾਗਾਂ ਦੇ ਨਾਮ ਸ੍ਰੀ ਰਾਗ ਰਾਗ ਮਾਝ ਰਾਗ ਗੋੜੀ ਰਾਗ ਆਸਾ ਰਾਗ ਗੁਜਰੀ ਰਾਗ ਦੇਵਗੰਧਾਰੀ ਰਾਗ ਵਿਆਗੜਾ ਰਾਗ ਵੜਾਂਸ ਰਾਗ ਸੋਰਠ ਰਾਗ ਧਨਾਸਰੀ ਰਾਗ ਜੈਸਰੀ ਰਾਗ ਟੋਡੀ ਰਾਗ ਬੈਰਾੜੀ ਰਾਗ ਤਿਲੰਗ ਰਾਗ ਸੂਹੀ ਰਾਗ ਬਿਲਾਵਲ
ਰਾਗ ਹੋਣ, ਰਾਗ ਰਾਮਕਲੀ, ਰਾਗ ਰਤਨਾਰਾਇਣ, ਰਾਗ ਮਾਲੀਗੋੜਾ, ਰਾਗ ਮਾਰੂ, ਰਾਗ ਭਾਰੀ, ਰਾਗ ਕੇਦਾਰਾ, ਰਾਗ ਭੈਰੋ, ਰਾਗ ਭਜੰਗ, ਰਾਗ ਸਾਰੰਗ, ਰਾਗ ਮਲਾਰ, ਰਾਗ ਕਾਨੜਾ, ਰਾਗ ਕਲਿਆਣ, ਰਾਗ ਪ੍ਰਭਾਤੀ, ਰਾਗ ਗੈਜਾਮੰਤੀ। ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਕ ਸ਼੍ਰੀ ਗੁਰੂ ਅਰਜਨ ਦੇਵ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਭਾਈ ਗੁਰਦਾਸ ਜੀ, ਸ਼੍ਰੀ ਦਰਬਾਰ ਸਾਹਿਬ ਜੀ ਦੇ ਪਹਿਲੇ ਆਦਿ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ, ਪੰਜਾਂ ਕਾਰਾਂ ਦੇ ਨਾਮ ਕੱਕਾ ਕੇਸ, ਕੱਕਾ ਕੁੰਗਾ, ਕੱਕਾ ਕੜਾ, ਕੱਕਾ ਕਿਰਪਾਨ, ਕੱਕਾ ਅਕਸ਼ਾਰਾ, ਗੁਰਸਿੱਖੀ ਦੇ ਤਿੰਨ ਉਦੇਸ਼, ਕਿਰਤ ਕਰੋ, ਨਾਮ ਜਪੋ, ਮਨ ਛਕੋ। ਚਾਰ ਗ੍ਰੰਥਾਂ ਦੇ ਨਾਮ ਕੇਸਾਂ ਦੀ ਬੇਅਦਬੀ, ਉਠਾ ਬਾਣਾ, ਪਾਰ ਇਸਤਰੀ ਜਾ ਪਾਰ ਪੁਰਸ਼ ਦਾ ਗਮਾ ਸੰਗਤ ਕਰਨਾ, ਤੰਬਾਕੂ ਵਰਤਣਾ, ਮੂਲ ਮੰਤਰ ਦਾ ਪਾਠ, ਇੱਕ ਓਂਕਾਰ ਤੋਂ ਲੈ ਕੇ ਗੁਰੂ ਪ੍ਰਸਾਦ ਤੱਕ ਗੁਰਮੰਤਰ ਵਾਹਿਗੁਰੂ। ਦੇਖ ਭਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ, ਉਸ ਸਵਰ ਸਗਾਏ ਹੈ ਪਰ ਤਾਂ ਹਿੰਦੂ ਮੁਸਲਮਾਨ ਨੇ। ਹੋ ਜਿਸ ਕੋਲ ਘੁਮਾਇਆ ਗੁਰਮੁਖਰੀ ਦਾ ਗਰੀਬੀ ਆਵੇ, ਹੋ ਜਿਸ ਕੋਲ ਘੁਮਾਇਆ ਪੜ੍ਹਨਾ ਨਹੀਂ ਤੇ ਨੇੜ ਨਾ ਜਾਵੇ, ਹੋ ਜਿਸ ਕੋਲ ਘੁਮਾਇਆ ਪੜ੍ਹਦਾ ਰੁਪਏ ਨੂੰ ਹੱਥ ਨਾ ਪਾਵੇ, ਹੋ ਜਿਸ ਕੋਲ ਘੁਮਾਇਆ ਪੜ੍ਹਨੀ ਦਸ ਨਾ ਪਟਾਵੇ, ਹੋ ਜਿਸ ਕੋਲ ਘੁਮਾਇਆ ਸਤਿਗੁਰ ਦਾ ਉਦੇਸ਼ ਘੁਮਾਵੇ, ਹੋ ਜਿਸ ਕੋਲ ਘੁਮਾਇਆ ਥੋੜਾ ਸਮਾਂ ਥੋੜਾ ਹੀ ਕਾਵੇ, ਗੁਰਮੁਖ ਸੋਈ ਸਹਿ ਸਮਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬੱਚਾ ਰਾਜਦੀਪ ਸਿੰਘ ਕਲਾਸ ਪੰਜਵੀਂ, ਜਿਸਨੇ ਆਪਦੇ ਨਾਲ ਸਿੱਖ ਇਤਿਹਾਸ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ, ਉਹਨਾਂ ਆਪ ਜੀ ਦੇ ਸਾਹਮਣੇ ਇੱਕ ਧਾਰਮਿਕ ਪਲੇ ਲੈ ਕੇ ਸਾਡੇ ਸਕੂਲ ਦੇ ਬੱਚੇ ਹਾਜ਼ਰ ਹੋ ਰਹੇ ਹਨ, ਜਿਸਦਾ ਕੰਸੈਪਟ ਹੈ ਪੰਜ ਕਕਾਰ ਅਤੇ ਸਿੱਖ ਰਹਿਤ ਮਰਿਆਦਾ ਦੀ ਮਹੱਤਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਸ਼ਿਆਂ ਤੋਂ ਛੁਡਾ ਕੇ ਗੁਰਸਿੱਖੀ ਜੀਵਨ ਬਖਸ਼ਣਾ, ਸਹੀ ਪਿਆਰੇ ਮਿਲਣਾ, ਜਿੰਨਾ ਮਿਲਿਆ ਤੁਹਾਡਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟਾ ਕੇਸੀ ਇਸ਼ਨਾਨ ਵੀ ਕਰ ਲਿਆ? ਵਾਹ, ਅੱਜ ਤਾਂ ਆਪੇ ਹੀ ਕਰ ਲਿਆ, ਸ਼ਾਬਾਸ਼। ਬੇਟਾ ਹਰਲੀਨ ਕੌਰ, ਮਾਤਾ ਜੀ ਦੇ ਹੱਥ ਵਾਓ, ਪ੍ਰਸ਼ਾਦਾ ਤਿਆਰ ਹੈ। ਮਾਤਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਪਾ ਤੁਸੀਂ ਪਹਿਲਾਂ ਜਲ ਸ਼ੁਕ ਕਹਿੰਦੇ, ਪ੍ਰਸ਼ਾਦਾ ਲਿਆਵਾ। ਪ੍ਰਸ਼ਾਦਾ ਤਿਆਰ ਹੈ? ਹਾਂਜੀ, ਚਲੋ ਫਿਰ ਪ੍ਰਸ਼ਾਦਾ ਹੀ ਛਕ ਲੈਂਦੇ ਹਾਂ। ਹਰਪ੍ਰੀਤ ਕੌਰ, ਥੋੜਾ ਜਲਦੀ ਵੇਲੇ ਹੋ ਜਾਓ, ਹਸਪੀਟਲ ਜਾਣਾ ਹੈ। ਬੇਟਾ ਅੱਜ ਮੈਨੂੰ ਵੀ ਨਾਲ ਲੈ ਚੱਲੋ, ਮੈਂ ਵੀ ਵੇਖ ਆਵਾਂਗੀ ਕਿ ਕੀ ਹਾਲ ਹੈ। ਮਾਤਾ ਜੀ ਅੱਛੀ ਛੁੱਟੀ ਮਿਲ ਜਾਵੇ, ਜੇ ਨਾ ਮਿਲੀ ਤੇ ਤੁਸੀਂ ਕੱਲ ਚਲੇ ਜਾਇਓ। ਰਸਤੇ ਵਿੱਚ ਸੂਟ ਵੀ ਲੈਣਾ ਹੈ, ਤਿੰਨਾ ਜਾਣਿਆਂ ਦਾ ਮੋਟਰਸਾਈਕਲ ਤੇ ਬੈਠਣਾ ਮੁਸ਼ਕਿਲ ਹੋ ਜਾਵੇਗਾ। ਚਲੋ ਫਿਰ ਠੀਕ ਹੈ, ਜਿਸ ਤਰ੍ਹਾਂ ਤੁਹਾਡੀ ਮਰਜ਼ੀ। ਪਾਪਾ ਅੱਜ ਨਾ ਮੇਰੀ ਸਹੇਲੀ ਸਿਮਰਨ ਕੌਰ ਨੇ ਘਰ ਆਉਣਾ ਹੈ, ਉਹਨੇ ਗੁਰਮਤਿ ਸਮਾਗਮ ਵਿੱਚ ਭਾਸ਼ਣ ਦੇਣਾ ਹੈ, ਜਿਸ ਦੇ ਬਾਰੇ ਉਸਨੇ ਤੁਹਾਡੇ ਕੋਲੋਂ ਤੁਹਾਡੀ ਰਾਏ ਲੈਣੀ ਸੀ। ਚਲੋ ਫਿਰ ਮੈਂ ਨਹੀਂ ਜਾਂਦਾ। ਹਰਪ੍ਰੀਤ ਕੌਰ, ਤੁਸੀਂ ਇਕੱਲੇ ਹੀ ਚਲੇ ਜਾਣਾ। ਚਲੋ ਠੀਕ ਹੈ,
ਮੈਂ ਪ੍ਰਵੀਨ ਕੌਰ ਭੈਣ ਜੀ ਨੂੰ ਨਾਲ ਲੈ ਜਾਵਾਂਗੀ। ਬੇਟਾ ਅਸੀਂ ਹੱਥ ਜੋੜ ਕੇ ਤੇ ਮੂੰਹ ਖੋਲ ਕੇ ਬੁਲਾਈ ਜਾਂਦੀ ਹੈ। ਦੇਖੋ ਬੇਟਾ, ਵਾਹਿਗੁਰੂ ਜੀ ਕਾ ਖਾਲਸਾ ਭਾਵ ਖਾਲਸਾ ਵਾਹਿਗੁਰੂ ਜੀ ਦਾ ਹੈ। ਵਾਹਿਗੁਰੂ ਜੀ ਕੀ ਫਤਿਹ ਭਾਵ ਸਾਡੀਆਂ ਸਾਰੀਆਂ ਸਫਲਤਾਵਾਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਹਨ। ਨਾਲੇ ਉੱਚੀ ਮੂੰਹ ਖੋਲ ਕੇ ਫਤਿਹ ਬੁਲਾਉਣ ਨਾਲ ਦੋ ਵਾਰ ਗੁਰਮੰਤਰ ਮੂੰਹ ਵਿੱਚੋਂ ਨਿਕਲਦਾ ਹੈ, ਜਿਸ ਨਾਲ ਸਾਡੀ ਰਚਨਾ ਪਵਿੱਤਰ ਹੁੰਦੀ ਹੈ। ਦੇਖੋ ਬੇਟਾ, ਜਦੋਂ ਅਸੀਂ ਅੰਮ੍ਰਿਤ ਪਾਨ ਕਰਦੇ ਹਾਂ ਤਾਂ ਪੰਜ ਪਿਆਰੇ ਸਾਨੂੰ ਪੰਜਾਂ ਬਾਣੀਆਂ ਦਾ ਨਿਤਨੇਮ ਕਰਨ ਨੂੰ ਕਹਿੰਦੇ ਹਨ ਅਤੇ ਗੁਰਮੰਤਰ ਦੇ ਕੇ ਨਿਵਾਜਦੇ ਹਨ, ਜਿਸ ਦਾ ਅਸੀਂ ਸਵਾਸ ਸਵਾਸ ਅਭਿਆਸ ਕਰਨਾ ਹੁੰਦਾ ਹੈ। ਉਹ ਗੁਰਮੰਤਰ ਹੈ ਵਾਹਿਗੁਰੂ। ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਵਾਹਿਗੁਰੂ ਗੁਰਮੰਤਰ ਹੈ ਜਬ ਹਮੇ ਖੋਈ। ਬੀਟਾ ਸੰਦੀਪ ਕੌਰ, ਮੈਂ ਤੁਹਾਡੇ ਪਾਪਾ ਦੀ ਰੋਟੀ ਲੈ ਕੇ ਹਾਸਪਿਟਲ ਜਾਣਾ ਹੈ, ਤੁਸੀਂ ਕਿਚਨ ਦਾ ਕੰਮ ਸੰਭਾਲ ਲਿਓ। ਬਹੁਤ ਚੰਗਾ ਕੀਤਾ ਬੇਟਾ, ਖੁਦ ਨਹੀਂ ਕਿਹਾ ਪਰ ਆਪਾਂ ਖੁਦ ਕਹਿਣਾ ਨਹੀਂ। ਦੇਖੋ ਆਪਾਂ ਉਹਨਾਂ ਦੇ ਪਰਿਵਾਰ ਨੂੰ ਆਪਣੇ ਸਿਰ ਚੁੱਕ ਕੇ ਘਰ ਲਿਆਂਦਾ ਹੈ ਤਾਂ ਕਿ ਤੁਹਾਡੇ ਚਾਚਾ ਜੀ ਦਾ ਇਲਾਜ ਕਰਵਾ ਸਕੀਏ। ਜੇਕਰ ਆਪਾਂ ਕੋਈ ਵੀ ਇਹੋ ਜਿਹੀ ਗੱਲ ਕਰ ਦਿੱਤੀ ਤਾਂ ਗੱਲ ਵਿਗੜ ਵੀ ਸਕਦੀ ਹੈ, ਇਸ ਲਈ ਅਜੇ ਸੰਦੀਪ ਨੂੰ ਸਾਨੂੰ ਖੁਦ ਕਹਿਣਾ ਸੋਭਦਾ ਨਹੀਂ। ਜੋ ਗੱਲਾਂ ਮੈਂ ਨੋਟ ਕਰ ਰਹੀ ਹਾਂ ਉਹ ਮੈਨੂੰ ਚੰਗੀਆਂ ਨਹੀਂ ਲੱਗੀਆਂ, ਤਾਂ ਤੁਸੀਂ ਆਪੇ ਤਾਂ ਸਾਨੂੰ ਕਹਿੰਦੇ ਹੁੰਦੇ ਸੀ ਜਿਹੜੀ ਵੀ ਗੱਲ ਬੋਲੀ ਜਾਂਦੀ ਹੈ ਉਹ ਗਲਤ ਹੁੰਦੀ ਹੈ, ਤੁਸੀਂ ਉਸ ਨੂੰ ਪੁੱਛਣਾ ਤਾਂ ਜ਼ਰੂਰ ਸਮਝਾਓ। ਜਦੋਂ ਮੈਂ ਆਪ ਦੇਖਾਂਗਾ ਤਾਂ ਮੈਂ ਉਸਨੂੰ ਜ਼ਰੂਰ ਸਮਝਾ ਦੇਵਾਂਗਾ, ਪਰ ਤੁਸੀਂ ਆਪਸ ਵਿੱਚ ਪਿਆਰ ਨਾਲ ਰਹਿਣਾ ਹੈ। ਹਰਪ੍ਰੀਤ ਕੌਰ, ਹਾਸਪਿਟਲ ਜਾਣ ਦੀ ਤਿਆਰੀ ਹੋ ਗਈ? ਹਾਂਜੀ ਹੋ ਗਈ। ਬੇਟਾ ਹਰਲੀਨ ਕੌਰ, ਤੁਸੀਂ ਵੀਰ ਦੇ ਕੇਸਾਂ ਨੂੰ ਤੇਲ ਲਾ ਕੇ ਇਸ ਦਾ ਜੁੜਾ ਕਰਕੇ ਦਸਤਾਰ ਸਜਾ ਦੇਣੀ ਤੇ ਨਾਲੇ ਇਹਨਾਂ ਨੂੰ ਪੜ੍ਹਨ ਲਈ ਬਿਠਾ ਦੇਣੀ, ਐਵੇਂ ਇੱਧਰ ਉੱਧਰ ਨਾ ਜਾਣ ਦੇ ਤੇ ਨਾਲੇ ਗੁਰਦੁਆਰੇ ਸਾਹਿਬ ਦੇ ਰੁਮਾਲੇ ਵੀ ਪ੍ਰੈਸ ਕਰ ਦੇ। ਚੰਗਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਕਿਸਾਨੀ ਸੇਵਾ ਆਉਣ ਲੱਗੀ ਹੈ। ਕਿੰਨੇ ਸੋਹਣੇ ਕੇਸ ਨੇ ਗੁਰਕੀਰਤ ਸਿੰਘ ਦੇ, ਸੰਦੀਪ ਤੇਰੇ ਨਹੀਂ ਨੇ ਇੰਨੇ ਸੋਹਣੇ? ਜਾ ਕੇਸ ਡੱਬੇ ਚ ਪਾ ਗਿਆ। ਕੇਸ ਸਾਡੇ ਗੁਰੂ ਦੀ ਮੋਹਰ ਹਨ, ਸਾਡੇ ਸਰੀਰ ਦੇ ਅੰਗ ਹਨ, ਜਿਹੜੇ ਕਿ ਸਾਡੇ ਸਰੀਰ ਤੋਂ ਅਲੱਗ ਹੋ ਜਾਂਦੇ ਹਨ ਉਹਨਾਂ ਨੂੰ ਪੈਰਾਂ ਵਿੱਚ ਨਹੀਂ ਰੋਲਣਾ ਸਗੋਂ ਅੰਦਰ ਪੇਟ ਕਰਨਾ ਹੈ। ਅਸੀਂ ਵੀ ਤੇ ਸੇਖਾਂ ਤੁਹਾਡੇ ਤਾਂ ਇੱਥੇ ਸਾਰਾ ਕੁਝ ਨਵਾਈਆਂ, ਸਾਡੇ ਪਾਪਾ ਨੇ ਤਾਂ ਸਾਨੂੰ ਇਹਦੇ ਬਾਰੇ ਕਦੇ ਕੁਝ ਨਹੀਂ ਦੱਸਿਆ। ਓਹੋ, ਉਹ ਵਿਚਾਰਾ ਤਾਂ ਹੋਰ ਹੀ ਚੱਕਰਾਂ ਵਿੱਚ ਪਿਆ ਰਿਹਾ, ਅਸੀਂ ਦੋਵਾਂ ਨੇ ਇਕੱਠੇ ਅੰਮ੍ਰਿਤ ਪਾਨ ਕੀਤਾ ਸੀ। ਬੇਟਾ ਸੰਦੀਪ ਕੌਰ, ਮੈਨੂੰ ਪੁੱਛ ਕੇ ਵੇਖ ਮੈਂ ਉਹਨੂੰ ਕਿਵੇਂ ਬਾਣੀ ਕੰਠ ਕਰਵਾਈ ਸੀ। ਮਾਤਾ ਜੀ, ਉਸਨੂੰ ਜਪਜੀ ਸਾਹਿਬ ਦਾ ਪਾਠ ਹਾਲੇ ਵੀ ਕੰਠ ਹੈ, ਬਚਪਨ ਵਿੱਚ ਯਾਦ ਕੀਤੀ ਬਾਣੀ ਕਦੇ ਨਹੀਂ ਭੁੱਲਦੀ, ਉਸਨੇ ਹਾਸਪਿਟਲ ਵਿੱਚ ਮੈਨੂੰ ਪਾਠ ਸੁਣਾਇਆ ਸੀ। ਪਰ ਅਸੀਂ ਤਾਂ ਕਰਦੇ ਕਦੇ ਨਹੀਂ ਵੇਖਿਆ। ਬੇਟਾ, ਬਾਦੀ ਕਿਸਮਤੀ ਨਾਲ ਉਸਦੀ ਜ਼ਿੰਦਗੀ ਵਿੱਚ ਮੋੜ ਹੀ ਅਜਿਹਾ ਆ ਗਿਆ, ਪਰ ਹੁਣ ਸਭ ਕੁਝ ਠੀਕ ਹੋ ਜਾਵੇਗਾ। ਵਾਹਿਗੁਰੂ ਸਤ ਬਖਸ਼ੇ, ਮੇਰੀਆਂ ਤਾਂ ਇਹੋ ਜੋਧੜੀਆਂ ਨੇ। ਮੇਰੇ ਪਾਪਾ ਤਾਂ ਹਮੇਸ਼ਾ ਹੀ ਕਹਿੰਦੇ ਨੇ ਬੰਦੇ ਦਾ ਮਨ ਸਾਫ ਹੋਣਾ ਚਾਹੀਦਾ ਹੈ। ਤੁਹਾਡੇ ਪਾਪਾ ਹੀ ਨਹੀਂ, ਅੱਜ ਕੱਲ ਇਹ ਗੱਲ ਆਮ ਪ੍ਰਚਲਿਤ ਹੋ ਚੁੱਕੀ ਹੈ, ਪਰ ਦੇਖਣਾ ਇਹ ਹੈ ਕਿ ਮਨ ਸਾਫ ਹੁੰਦਾ ਕਿਸ ਤਰ੍ਹਾਂ ਹੈ। ਗੁਰਬਾਣੀ ਵਿੱਚ ਲਿਖਿਆ ਹੈ, ਮਨ ਧੋਵੋ ਸ਼ਬਦ ਰਾਗੋ ਹਰ ਜੋ ਰਹੋ ਜਿਤ ਲਾਏ, ਅਤੇ ਨਾਲ ਹੀ ਜਪਜੀ ਸਾਹਿਬ ਵਿੱਚ ਫਰਮਾਨ ਹੈ, ਭਰੀਐ ਮਤ ਪਾਪਾ ਕੈ ਸੰਗ ਉਹ ਤੋਪੈ ਨਾਵੈ ਕੈ ਰੰਗ। ਗੁਰਬਾਣੀ ਵਿੱਚ ਤਾਂ ਇਹ ਵੀ ਲਿਖਿਆ ਹੈ, ਨਾ ਬਿਨਾ ਕੈਸੇ ਆਚਾਰ, ਭਾਵ ਬਿਨਾ ਨਾਮ ਤੋਂ ਨਾ ਤਾਂ ਉੱਚਾ ਸੁੱਚਾ ਆਚਰਨ ਬਣਦਾ ਹੈ ਤੇ ਨਾ ਹੀ ਸੰਭਾਲਿਆ ਜਾ ਸਕਦਾ ਹੈ।
ਅਸੀਂ ਤਾਂ ਇਹ ਗੱਲਾਂ ਕਦੀ ਨਹੀਂ ਸੁਣੀਆਂ, ਅਸੀਂ ਵੀ ਤੇ ਸਿੱਖ ਹਾਂ। ਬੇਟਾ ਮੇਰੀ ਇੱਕ ਗੱਲ ਧਿਆਨ ਨਾਲ ਸੁਣੋ, ਸਿੱਖੀ ਸਿੱਖ ਦੇ ਘਰ ਜਨਮ ਲੈ ਕੇ ਨਹੀਂ ਮਿਲਦੀ, ਇਹ ਤਾਂ ਕਮਾਈ ਜਾਂਦੀ ਹੈ ਗੁਰੂ ਜੀ ਦੇ ਹੁਕਮ ਨਾਲ। ਸਿੱਖੀ ਕਮਾਈ ਜਾਂਦਾ ਕੀ ਭਾਵ ਹੈ ਦਾਇਆ ਜੀ? ਸਿੱਖੀ ਕਮਾਈ ਜਾਣ ਦਾ ਭਾਵ, ਸਿੱਖੀ ਕਮਾਈ ਜਾਣ ਦਾ ਭਾਵ ਹੈ ਗੁਰੂ ਜੀ ਦਾ ਹੁਕਮ ਮੰਨਣਾ। ਹੁਕਮ ਨੂੰ ਸਮਝਣਾ ਕੋਈ ਇੰਨਾ ਗੁੰਝਲਦਾਰ ਨਹੀਂ ਕਿ ਅਕਲ ਦਾ ਜ਼ੋਰ ਹੀ ਲੱਗ ਜਾਵੇ, ਇਹ ਤਾਂ ਸਰਲ ਜਿਹੀ ਗੱਲ ਹੈ। ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸ਼ਬਦ ਗੁਰੂ ਹਨ, ਇਸ ਵਿੱਚ ਜੋ ਲਿਖਿਆ ਹੈ ਕਰੋ ਉਹ ਕਰਨਾ ਹੈ, ਅਤੇ ਜੋ ਲਿਖਿਆ ਹੈ ਨਾ ਕਰੋ ਉਹ ਨਹੀਂ ਕਰਨਾ, ਇਹੀ ਸਿੱਖੀ ਕਮਾਉਣੀ ਹੈ। ਗੁਰੂ ਪਾਤਸ਼ਾਹ ਨੇ ਕਿਹਾ ਹੈ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੋਏ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ, ਕਿਹੜੇ ਹਜ਼ਾਰ ਕਿਹੜੇ, ਕਿੰਨਾ ਵੱਲ ਸੀ ਇਸ਼ਾਰਾ? ਸਾਡੇ ਵੱਲ ਸੀ, ਇੰਨਾ ਮਾਣ ਸੀ ਸਾਡੇ ਪਾਤਸ਼ਾਹ ਨੂੰ ਸਾਡੇ ਉੱਪਰ, ਪਰ ਕੀ ਅਸੀਂ ਉਹ ਮਾਣ ਕਾਇਮ ਰੱਖਿਆ? ਪਾਤਸ਼ਾਹ ਨੇ ਕਿਹਾ ਹੈ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸਾ ਲਿਆ ਕਰੋ ਨਿਵਾਸ, ਜਬ ਲਗ ਖਾਲਸਾ ਰਹੇ ਯਾਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਿੱਥੇ ਪਾਤਸ਼ਾਹ ਨੇ ਕਿਹਾ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਉੱਥੇ ਹੀ ਦੂਜੇ ਪਾਸੇ ਪਾਤਸ਼ਾਹ ਨੇ ਇਹ ਵੀ ਕਿਹਾ ਕਿ ਜਬ ਇਹ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀ। ਵਿਪਰਨ ਦੀ ਰੀਤ ਕੀ ਹੁੰਦੀ ਹੈ? ਆ ਵਰਤ ਰੱਖਣੇ, ਸਰਾਧ ਕਰਨੇ, ਧਾਗੇ ਤਵੀਤ ਟੂਣਿਆਂ ਵਿੱਚ ਵਿਸ਼ਵਾਸ ਕਰਨਾ, ਵਿਆਹਾਂ ਵਿੱਚ ਜੈ ਮਾਲਾ ਪਾਉਣੀਆਂ, ਤੇਲ ਚੋਣੇ, ਕਿਸੇ ਦੇ ਮਰ ਜਾਣ ਤੇ ਭੰਡਾਰ ਭੰਨਣੇ, ਤਰ੍ਹਾਂ ਤਰ੍ਹਾਂ ਦੀਆਂ ਰਾਸ਼ੀਆਂ ਦੇ ਨਾਗ ਪਹਿਨਣੇ, ਮੌਲੀਆਂ ਬੰਨਣੀਆਂ, ਇਹ ਸਭ ਵਿਪਰਨ ਦੀਆਂ ਰੀਤਾਂ ਹਨ। ਪਾਪਾ ਜੀ ਕੋਈ ਸਲੀਪ ਕੌਰ ਨੇ ਗੁੜ ਦੀ ਮੌਲੀ ਬੰਨੀ ਹੋਈ ਹੈ, ਤੇ ਜਦ ਮੈਂ ਇਹਨੂੰ ਤਾੜ ਲਈ ਕਹਿੰਦੀ ਹਾਂ ਤੇ ਦਾਦੀ ਮਾਰੀ ਲਾਉਂਦੀ ਹੀ ਨਹੀਂ। ਨਹੀਂ ਨਹੀਂ ਤਾਇਆ ਜੀ ਮੈਂ ਨਹੀਂ ਲਾਉਣੀ। ਬੇਟਾ ਮੈਨੂੰ ਇਹ ਦੱਸੋ ਤੁਹਾਨੂੰ ਗੁਰੂ ਸਾਹਿਬ ਦੇ ਬਖਸ਼ੇ ਹੋਏ ਪੰਜ ਕਕਾਰਾਂ ਦਾ ਪਤਾ ਹੈ? ਹਾਂਜੀ ਮੈਨੂੰ ਪਤਾ ਹੈ, ਕੇਸ, ਕੜਾ, ਪੰਗਾ, ਕਸ਼ਹਿਰਾ ਤੇ ਕਿਰਪਾਨ। ਸ਼ਾਬਾਸ਼, ਪਰ ਤੁਸੀਂ ਤਾਂ ਕੜਾ ਪਾਇਆ ਨਹੀਂ ਹੋਇਆ। ਦੀਦੀ ਤੁਹਾਨੂੰ ਗੁੜ ਦੀ ਮਹੱਤਤਾ ਨਹੀਂ ਪਤਾ, ਮੈਂ ਦੱਸਦਾ। ਦੱਸੋ ਪਿਤਾ ਜੀ ਤੀਜੀ ਪੱਖੀ ਕੜਾ ਹੈ, ਦੇਖ ਸੱਜੀ ਹੱਥ ਵਿੱਚ ਸਤ ਦੋ ਬਸਣਾ ਪਹਿਲੇ ਹਰ ਦੀ ਮੌਲੀਆਂ ਬਣੀ ਕੇ ਦੇ ਰਹੀ ਮੈਂ ਵੱਡੇ ਜੀ ਦੇ ਲੋਕੀ ਤਾਂ ਸੋ ਦੇ ਕਿਆ ਦੀ ਨਾਵੇਂ ਦੇ ਕੜੇ ਪਾਣੀ, ਪਰ ਸਾਡੇ ਗੁਰੂ ਦਾ ਹੁਕਮ ਇੱਕ ਖਾਸ ਪਰਵਾਹ ਨਹੀਂ ਹੈ। ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਤੁਸੀਂ ਮੱਥਾ ਟੇਕ ਕੇ ਹੀ ਘਰ ਆਉਣਾ, ਉਹ ਗੁਨਾ ਹੋਈ ਨਹੀਂ ਹੈ, ਤੇ ਇਹਨਾਂ ਨੂੰ ਕਸ਼ਹਿਰੇ ਬਾਰੇ ਵੀ ਸਮਝਾ ਦਿਓ। ਤਾਈ ਜੀ ਕਸ਼ਹਿਰੇ ਬਾਰੇ ਤੁਸੀਂ ਸਮਝਾ ਦਿਓ। ਦੇਖੋ ਬੇਟਾ ਇਹ ਇੱਕ ਅੰਮ੍ਰਿਤਧਾਰੀ ਸਿੰਘ ਦਾ ਚੌਥਾ ਕਕਾਰ ਹੈ, ਇਹ ਜਸ ਸੰਤ ਦੀ ਪਾਲਣਾ ਕਰਨ ਦਾ ਪ੍ਰਤੀਕ ਕਿਹਾ ਜਾਂਦਾ ਹੈ। ਭਾਰਤੀ ਸੱਭਿਆਚਾਰ ਵਿੱਚ ਕੁਝ ਧਰਮਾਂ ਦੀ ਧਾਰਮਿਕ ਭੋਜਨ ਤੇ ਭਜਨ ਕਰਨ ਲੱਗਿਆਂ ਅਨਸੀਤਾ ਕੱਪੜਾ ਪਹਿਨਦੇ ਸਨ। ਗੁਰੂ ਜੀ ਦੇ ਨਿਆਰੇਪਨ ਦਾ ਇਹ ਲਿਬਾਸ ਇਹ ਪਰਮ ਤੋੜ ਕੇ ਜਸ ਸੰਤ ਤੇ ਉੱਚੇ ਆਚਰਣ ਪ੍ਰੇਰਦਾ ਹੈ। ਬੇਟਾ ਸੰਦੀਪ ਕੌਰ ਤੁਸੀਂ ਸਾਰੀ ਕਕਾਰ ਪਹਿਨਣ ਦਾ ਅਭਿਆਸ ਕਰੋ। ਬੇਟਾ ਹਰਲੀਨ ਕੌਰ, ਸੰਦੀਪ ਕੌਰ ਨੂੰ ਕਿਰਪਾਨ ਬਾਰੇ ਤੁਸੀਂ ਦੱਸ ਦਿਓ। ਕਿਰਪਾ ਦੱਸਦੀ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ। ਦੱਸੋ ਗੁਰੂ ਗੋਬਿੰਦ ਸਿੰਘ ਜੀ ਸਰਸ ਸਿਪਾਹੀ ਸਨ, ਭਗਤੀ ਦੇ ਨਾਲ ਨਾਲ ਉਹਨਾਂ ਨੇ ਇੱਕ ਸਿੱਖ ਨੂੰ ਸ਼ਕਤੀ ਵੀ ਪ੍ਰਦਾਨ ਕੀਤੀ, ਇਹ ਸਾਡੀ ਸਵੈ ਰੱਖਿਆ ਦਾ ਪ੍ਰਤੀਕ ਹੈ, ਉਹ ਕਕਾਰ ਹੈ ਜਿਸਦੇ ਨਾਲ ਸਿੱਖ ਦੀ ਆਤਮਾ ਬਲਵਾਨ ਰਹਿੰਦੀ ਹੈ। ਵਾਹਿਗੁਰੂ ਵਾਹਿਗੁਰੂ ਚ ਪਾਉਂਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਨੂੰ ਖਾਲਸੇ ਦੀ ਸ਼ਾਨ ਨਾ ਦਿੱਤਾ, ਸਿੱਖ ਦੀ ਕਿਰਪਾ ਹਮਲੇ ਨਹੀਂ ਸਗੋਂ ਕਿਰਪਾ ਲਈ ਉੱਠਦੀ ਹੈ। ਹਰਪ੍ਰੀਤ ਕੌਰ ਇੱਕ ਮਿੰਟ ਮੇਰੀ ਗੱਲ ਸੁਣਿਓ। ਆਈ ਜੀ ਹਾਂਜੀ ਦੱਸੋ। ਮੈਂ ਨਾ ਤੁਹਾਡੇ ਨਾਲ ਇੱਕ ਵਿਚਾਰ ਕਰਦੀ ਸੀ, ਇਲਾਜ ਤਾਂ ਹੋ ਗਿਆ ਪਰ ਇਹ ਪਿੰਡ ਵਾਪਸ ਚਲਾ ਗਿਆ ਤਾਂ ਇਸਦੀ ਸੰਗਤ ਤਾਂ ਉਹੀ ਰਹਿ ਜਾਣੀ ਹੈ, ਇਹ ਨਾ ਹੋਵੇ ਕਿ ਸਾਡੀ ਸਾਰੀ ਮਿਹਨਤ ਖਰਾਬ ਹੋ ਜਾਵੇ। ਇਹ ਤਾਂ ਗੱਲ ਤੁਹਾਡੀ ਠੀਕ ਹੈ। ਮੈਂ ਸੋਚਿਆ ਕਿ ਇੱਕ ਦੋ ਸਾਲ ਲਈ ਇਹਨਾਂ ਨੂੰ ਆਪਣੇ ਕੋਲ ਹੀ ਰੱਖ ਲਈਏ, ਸਾਰੇ ਬੱਚਿਆਂ ਦੇ ਵਿਚਾਰ ਵੀ ਗੁਰਸਿੱਖੀ ਵਿੱਚ ਪ੍ਰਪੱਕ ਹੋ ਜਾਣਗੇ, ਉੱਥੇ ਰਹਿ ਕੇ ਇਹ ਆਪਣੀਆਂ ਮਰਜ਼ੀਆਂ ਬਹੁਤ ਕਰਦੇ ਨੇ। ਠੀਕ ਹੈ, ਜਿਸ ਤਰ੍ਹਾਂ ਤੁਸੀਂ ਠੀਕ ਸਮਝੋ। ਮੇਰਾ ਇਹ ਵਿਚਾਰ ਹੈ, ਬਾਕੀ ਤੁਹਾਡੀ ਰਾਏ ਕੀ ਹੈ? ਮੇਰੀ ਰਾਏ ਤੁਹਾਡੀ ਤੋਂ ਵੱਖਰੀ ਨਹੀਂ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਮਾਤਾ ਜੀ ਤੁਸੀਂ ਵੀ ਦੱਸੋ। ਬੇਟਾ ਬਿਲਕੁਲ ਠੀਕ ਹੈ, ਜਿਸ ਤਰ੍ਹਾਂ ਵੀ ਤੂੰ ਸੋਚਿਆ ਹੈ ਬਿਲਕੁਲ ਸਹੀ ਸੋਚਿਆ ਹੈ, ਮੈਨੂੰ ਤੇਰੇ ਇਸ ਉੱਚੇ ਕਿਰਦਾਰ ਤੇ ਮਾਣ ਹੈ।